ਅਮੈਰੀਕਨ ਸਿਟੀਜ਼ਨ NRI 3 ਮਹੀਨੇ ਤੋਂ ਜੋ ਕਿ ਉਹਨਾਂ ਦੀ ਬਹੂ ਹੈ ਪ੍ਰੈਗਨੈਂਟ ਸੀ ਤਾਂ ਬਿਲਕੁਲ ਅਮੈਰੀਕਾ ਰਹਿੰਦੀ ਸੀ ਤਾਂ ਜਦੋਂ ਹੀ ਉਹ ਵਾਪਸ ਆਉਂਦੀ ਆ ਤਾਂ ਉਸਦੇ ਸੱਸ ਸਹੁਰੇ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਆ ਤਾਂ ਨੂੰਹ ਦੇ ਵੱਲੋਂ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਕਿ ਉਸਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਉਸਨੂੰ ਬੰਧਕ ਬਣਾ ਕੇ ਰੱਖਿਆ ਗਿਆ ਤਾਂ ਬਿਲਕੁਲ ਪੂਰੀ ਕੋਠੀ ਦੇ ਵਿੱਚ ਉਸਨੂੰ ਬੰਧਕ ਬਣਾ ਕੇ ਰੱਖਿਆ ਗਿਆ ਤਾਂ ਪੁਲਿਸ ਨੇ 2.5 ਘੰਟਿਆਂ ਬਾਅਦ ਆ ਕੇ NRI ਬਹੂ ਨੂੰ ਬਾਹਰ ਕੱਢਿਆ ਅਤੇ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਬਿਲਕੁਲ ਆਖਿਰਕਾਰ ਉਸ ਬਹੂ ਦੇ ਉੱਤੇ ਕਿਉਂ ਇੰਨਾ ਤਸ਼ੱਦਦ ਕੀਤਾ ਗਿਆ। ਆਮ ਅਸੀਂ ਗੱਲਾਂ ਸੁਣਦੇ ਰਹਿੰਦੇ ਹਾਂ ਕਿ ਜੇਕਰ ਦਾਜ ਨਾ ਦਿੱਤਾ ਜਾਵੇ ਸਾਡੀ ਕੁੜੀ ਨੂੰ ਤਾਂ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਗੰਭੀਰ ਰੂਪ ਦੇ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ। ਪਰ ਇਹ ਤਾਂ ਬਹੂ ਵੀ NRI ਹੈ ਔਰ 3 ਮਹੀਨੇ ਤੋਂ ਪ੍ਰੈਗਨੈਂਟ ਸੀ, ਜਿਸ ਤੋਂ ਬਾਅਦ ਵੀ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਕਿਉਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਕਿਉਂ ਉਸ ਨੂੰਹ ਦੇ ਵੱਲੋਂ ਇਲਜ਼ਾਮ ਤਾਂ ਕੀ ਉਸ ਨੂੰਹ ਦੇ ਵੱਲੋਂ ਜਿਹੜਾ ਇਲਜ਼ਾਮ ਲਗਾਏ ਗਏ ਨੇ, ਇੱਕ ਵਾਰ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣ ਲਵੋ। ਬੱਚੇ ਇੱਧਰ ਇੱਕ ਮਿੰਟ, ਆਪਣਾ ਆਪਣਾ ਨਾਮ ਦੱਸਿਓ ਕੀ ਗੱਲ ਹੈ। ਮੇਰਾ ਨਾਮ ਰਜਨੀਸ਼ ਕੌਰ ਆ। ਕਿੰਨੇ ਚਿਰ ਹੋ ਗਿਆ ਮੈਰਿਜ ਨੂੰ ਤੁਹਾਡੇ ਨੂੰ? ਮੇਰੇ ਨੂੰ 8 ਸਾਲ ਹੋ ਗਏ। ਕਿੰਨੇ ਬੇਬੀ, ਕਿੰਨੇ? ਮੇਰੀ 3 ਕੁੜੀਆਂ ਨੇ। ਅੱਜ ਕੀ ਗੱਲ, ਕੀ ਹੋ ਗਿਆ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤਾ ਹੋਇਆ ਸੀ ਤੁਹਾਨੂੰ? ਮੈਨੂੰ ਅੰਦਰ ਮੈਨੂੰ ਅੰਦਰੋਂ ਕਿੰਨੇ ਬਾਹਰ ਨਹੀਂ ਕੱਢਿਆ, ਖੜੀ ਵਿਸਕੇ ਬਾਹਰ ਕੱਢਿਆ। ਕਿਹਨਾਂ ਨੇ? ਮੇਰੇ ਸਾਰੇ ਸਾਹਮਣੇ। ਪਲੀਜ਼ ਮੈਨੂੰ ਡਾਕਟਰ ਕੋਲ ਜਾਣਾ, ਮੈਨੂੰ 7, 7.5 ਦਾ ਮਾਰਿਆ ਹੋਇਆ ਹੈ, ਮੇਰੇ ਢਿੱਡ 'ਚ ਦਰਦ ਬਹੁਤ ਪੈਂਦਾ, ਮੈਂ 3 ਮਹੀਨਿਆਂ ਦੀ ਪ੍ਰੈਗਨੈਂਟ ਹਾਂ। ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ? ਤੁਸੀਂ ਕੰਪਲੇਂਟ ਵੀ ਕੀਤੀ ਹੋਈ ਸੀਗੀ? ਮੈਂ 112 ਤੇ ਕੰਪਲੇਂਟ ਕੀਤੀ ਸੀਗੀ, ਤਕਰੀਬਨ ਮੈਨੂੰ ਟਾਈਮ 8 ਨਹੀਂ ਵੱਜੇ ਸੀਗੇ। ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ? ਹੁਣ ਇੱਥੇ ਲੌਕ ਕੀਤੇ ਹੋਏ ਸੀਗੇ, ਦਰਵਾਜ਼ੇ ਸਾਰੇ ਬੰਦ ਕੀਤੇ ਹੋਏ। ਮੇਰੇ ਪਿੰਡ ਦੀ ਭੈਣ ਆ ਮੇਰੀ, ਉਹਨਾਂ ਦੇ ਪਰਾਉਣੇ ਨੇ ਤੇ ਉਹਨਾਂ ਨੇ ਕੁੱਟਮਾਰ ਕਿਹਨਾਂ ਨੇ ਕੀਤੀ? ਮੇਰੇ 16 ਸਾਲ ਨੇ ਜੋ ਮੇਰੇ ਡੈਡੀ ਨਾਲ ਮੇਰੀ ਮਾਤਾ ਸੀ। ਮੇਰਾ ਨਾਮ ਜਸਵੀਰ ਕੌਰ ਆ। ਹਾਂਜੀ, ਬੇਟੀ ਦਾ ਰਜਨੀਸ਼ ਕੌਰ ਆ। ਕਿੱਥੇ ਵਿਆਹੀ ਹੈ ਜੀ? ਇੱਥੇ ਉਮਰਪੁਰੀ ਆ। ਕੀ ਮਾਮਲਾ ਕੀ? ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ? ਅਸੀਂ ਘਰ ਦੇ ਬਾਹਰ ਬੈਠੇ, ਕੁਛ ਨਹੀਂ। ਸਵੇਰੇ ਕਹਿੰਦੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾ, ਮੈਂ ਕਿਹਾ ਚਲੋ ਠੀਕ ਆ, ਕੁੜੀ ਮੇਰੀ ਆ ਗਈ ਆ। 7-4 ਦਿਨ ਇਹਨਾਂ ਦੇ ਕੋਲ ਆਈ ਹੋਈ ਆ। ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ, ਉਹਦੀ ਲੱਤਾਂ 3 ਮਹੀਨੇ ਦੀ ਉਹ ਪ੍ਰੈਗਨੈਂਟ ਆ। ਇਹਨਾਂ ਨੇ ਉਹਦੀ ਬੁਰੀ ਹਾਲਤ ਕੀਤੀ ਪਈ ਅੰਦਰ। ਕੁੱਟਮਾਰ ਕਿਹਨਾਂ ਨੇ ਕੀਤੀ? ਕੌਣ? ਸੱਸ ਸਹੁਰੇ ਨੇ। ਸੱਸ ਸਹੁਰੇ? ਹਾਂਜੀ। ਅੱਛਾ, ਇੱਥੇ ਵਿਆਹੀ ਆ? ਇੱਥੇ ਵਿਆਹੀ ਹੋਈ ਆ। ਉਹਨਾਂ ਦਾ ਕੀ ਨਾਮ ਹੈ? ਮੈਨੂੰ ਜ਼ਿਆਦਾ ਮੇਰੇ ਦਿਮਾਗ ਚ ਨੀ ਪੈਂਦੀ ਹੈਗੀ। ਜਸਪਾਲ ਸਿੰਘ ਤੇ ਰਸਪਾਲ ਕੁਲ ਜਿੰਨਾ ਹੈ, ਇਹਨਾਂ ਅੰਦਰ ਬੰਦ ਕੀਤਾ ਹੋਇਆ? ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ। ਠੀਕ ਆ। ਨਾ ਪੁਲਿਸ ਨੂੰ ਕਿਹਾ ਕਿ ਤੇ ਨਾ ਉਹ ਹੋਈ ਅਜੇ ਤੱਕ ਬੋੜੀ ਆ, ਹਜੇ ਤੱਕ ਨਹੀਂ ਆਈ। ਮੇਰੀ ਕੁੜੀ ਅੰਦਰ ਤੜਫਦੀ ਪਈ ਆ, ਜੇ ਉਹਨੂੰ ਕੁਛ ਹੋ ਗਿਆ। ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ, ਬਾਹਰ ਅਸੀਂ ਬੈਠੇ ਆ, ਬਾਹਰੋਂ ਵੀ ਗੇਟ ਜਿੰਦੇ ਲਾਤੇ ਆ। ਅਸੀਂ ਸਵੇਰ ਦੇ ਇੱਥੇ ਬਾਹਰ ਤੜਫਦੇ ਆ, ਕੁੜੀ ਸਾਡੀ ਅੰਦਰ ਜੇ ਕੁਛ ਹੋ ਗਿਆ। ਮੰਗ ਅਸੀਂ ਇਹੋ ਕਰਦੇ ਵੀ ਸਾਨੂੰ ਫੈਸਲਾ ਚਾਹੀਦਾ, ਅਸੀਂ ਜੋ ਵੀ ਹੋ। ਕੁੜੀ ਅੰਦਰ ਤੜਫਦੀ ਪਈ ਆ, ਕੁੜੀ ਦਰਦ ਪੈਂਦੀ ਉਹਦੀ ਕੁੜੀ ਦੇ ਆ, 3 ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ। ਅੰਦਰ ਜਿੰਦੇ ਲਾਏ ਹੋਏ? ਜਿੰਦੇ ਲਾਏ ਹੋਏ ਇਹਨਾਂ ਨੇ, ਇਹਨਾਂ ਨੇ ਸਾਰੇ ਬੰਦ ਬੁੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ। ਤੁਸੀਂ ਹਸਪੀਟਲ ਵੀ ਨਹੀਂ ਜਾ ਸਕਦੇ? ਕੁਛ ਵੀ ਨਹੀਂ ਅਸੀਂ ਜਾ ਸਕਦੇ, ਕਿੱਥੋਂ ਜੇ ਅਸੀਂ ਕੱਢਾਂਗੇ ਤੇ ਲਜਾਵਾਂਗੇ, ਜਿੰਦੇ ਖੋਲੂਗੇ ਤੇ ਲਜਾਵਾਂਗੇ ਅਸੀਂ। ਜਿੰਦੇ ਖੋਲਦੇ ਨੇ? ਕੁਛ ਨਹੀਂ ਖੋਲਦੇ ਹੈਗੇ।